ਅਸਲਾਮ ਵਾਲਾ ਕੰਮ ਵਾਰ ਮੈਂ ਉਮੀਦ ਕਰਨਾ ਖੈਰ ਦੇ ਨਾਲ ਸਮਾਂ ਮੁਹੰਮਦ ਆਕਿਦ ਤੋਂ ਸਾਡੇ ਦੇ ਮੇਰਾ ਯੂਟਿਊਬ ਚੈਨਲ ਏ ਐਸ ਵਿਲਾਗ ਦੋਸਤੋ ਅੱਜ ਮੇਰੇ ਪੈ ਮੁਲਤਾਨ ਸ਼ਾਇਦ ਬਾਈ ਦਾ ਕੰਮ ਹੀ ਹੁਣ ਸਾਹਿਬ ਦਾ ਇਲਾਕੇ ਚੋਂ ਨਿਕਲੇ ਮੇਰੇ ਇਹਦਾ ਕਿ ਮੋਬਾਈਲ ਦਾ ਯਾਨੀ ਕਿ ਕੰਮ ਹੈ ਮੇਰੇ ਵੀਵੋ ਦੇ ਇੱਕ ਜ਼ਰੂਰੀ ਕੰਮ ਹੈ ਮੁਲਤਾਨ ਦੇ ਵਿੱਚ ਮੁਲਾਦ ਬਾਬੂ ਮੈਨੇ ਨਿਕਲੇ ਨੇ ਜੋ ਕਿ ਆ ਕੰਮ ਹੈ ਜੁੜੇ ਰਾਸ ਸਾਰੇ ਨਾਲ ਸਵੇਰੇ ਸਵੇਰੇ ਛੀ ਦਾ ਟਾਈਮ ਹੈ ਹੁਣ ਅਸੀਂ ਦੋ ਘੰਟੇ ਕਿੱਥੇ ਮੈਨੇ ਆਏ ਆਪਣੇ ਜਾ ਕੇ ਰਾਹ ਬਣਿਆ ਪਿਆ ਲੱਗਦਾ ਕਿਤੇ ਰਾਹ ਬਹੁਤ ਖਰਾਬ ਆਈ ਟਿੱਬੇ ਸ਼ਾਹ ਪਹੁੰਚ ਚੁੱਕੇ ਹੈ ਜਾਂ ਬਾਹਰ ਕੋਲ ਕ੍ਰਾਸ ਕਰ ਰਹੇ ਹਾਂ ਪਿੱਛੋਂ ਯਾਰ ਇੱਕ ਤਾਂ ਰਾਹ ਹੀ ਨਹੀਂ ਦੇਣੇ ਗੱਡੀਆਂ ਵਾਲੇ ਘਰ ਵੱਲ ਗੱਡੀ ਤਰੱਪੀ ਪਈ ਏ ਕਿਲੋ ਸੀ ਕਿਲੋ ਖੜੋ ਨਾ ਖੜਤਾਰ ਹੈ ਖੜਤਾ ਪੁੱਛੀਏ ਅਸਾਂ ਹੁਣ ਪਹੁੰਚ ਗਏ ਸ਼ੇਰ ਸ਼ਾਹ ਟੋਲ ਪਲਾਜ਼ੇ ਦੇ ਫਾਈਨਲੀ ਅਸਾਂ ਪਹੁੰਚ ਚੁੱਕੇ ਹਾਂ ਮੁਲਤਾਨ ਅਸਾਂ ਬੀ ਸੀ ਜੀ ਚੌਕ ਕ੍ਰਾਸ ਕਰ ਰਹੇ ਹੈ ਮੁਲਤਾਨਾਬਾਦ ਰੋਡ ਦੇ ਮੈਨੇ ਪਿਆ ਚੁੰਗੀ ਨੰਬਰ ਛੀ ਚੁੰਗੀ ਛੀਕ ਲੈਗੂ ਹੈ ਵੀਵੋ ਦਾ ਸਰਵਿਸ ਸੈਂਟਰ ਇਹ ਤੁਹਾਡੇ ਸਾਹਮਣੇ ਫਿਲਹਾਲ ਬੰਦ ਹੈ ਤਕਰੀਬਨ ਇਹਦਾ ਟਾਈਮ ਟੇਬਲ ਹੈ 10 ਵਜੇ ਦਾ ਸਰਵਿਸ ਸੈਂਟਰ ਓਪਨ ਥੀ ਸੀ ਇੱਥੇ ਦਿਖਾਉਣ ਸ਼ਾਇਦ ਬਈ ਦਾ ਮੋਬਾਈਲ ਇਹ ਮੋਬਾਈਲ ਇਹ ਚੱਕ ਹੈ ਯਾਨੀ ਕਿ ਇਹਦੀ ਪਤਲੀ ਫਿੰਗਰ ਦਿਸਦੇ ਤਾਂ ਲੈ ਵੀ ਇੱਕ ਸ਼ਾਇਦ ਨਹੀਂ ਦਿਸਦੀ ਬਿਲਕੁਲ ਇਹ ਇੱਕ ਯਾਨੀ ਕਿ ਐਲ ਸੀ ਡੀ ਖਤਮ ਥਈ ਗਈ ਮਾਡਲ ਆਈ ਵੀਵੋ ਦਾ V21 ਅਸਾਂਕੇ ਇੱਕ ਲੋਕਲ ਨਾ ਪਵਾਂ ਇੱਕ ਸਰਵਿਸ ਸੈਂਟਰ ਤੋਂ ਵੰਗ ਕੇ ਕੋਈ ਅੱਛਾ ਪੈਨਲ ਪਵਾਂ ਇੱਥੇ ਸਾਹਮਣੇ ਹੁਣ ਅਸਾਂ ਆਖਣੇ ਸਰਵਿਸ ਸੈਂਟਰ ਓਪਨ ਜੂਏ ਥੀ ਸੀ ਅਸਾਂ ਵੱਲ ਤੱਕ ਯਾਨੀ ਕਿ ਇਹਦਾ ਪੈਨਲ ਲਵਾਵਣੇ ਪੈਨਲ ਲਵਾ ਕੇ ਵੱਲ ਵਾਪਸ ਚੱਲੇ ਵੇ ਤੂੰ ਇਨਸ਼ਾਅੱਲਾ ਮਾਰ ਕਾ ਨਾਸ਼ਤਾ ਕੀ ਕਹਿਣਾ ਹੁੰਦਾ ਅਸਾਂ ਨਾਸ਼ਤਾ ਕਰੇ ਨੂੰ ਸਰਵਿਸ ਸੈਂਟਰ ਉਹਨਾਂ ਨੂੰ ਦੇ ਰਹੀ ਹੁਣ ਵਾਲਾ ਸੈਕਟਰ ਨਾਸ਼ਤਾ ਵੇਸੂ ਵਾਪਸ ਬਈ ਸੈਂਟਰ ਦੇ ਅਸਾਂ ਨਾਸ਼ਤਾ ਕਰਨਾ ਵਾਲਾ ਆਗ ਅੱਛਾ ਮਾਰ ਕਾ ਅਸਾਂ ਹੁਣ ਤਾਂ ਦੇ ਕੇ ਮੋਬਾਈਲ ਵਾਪਸ ਵੱਲੇ ਵੇ ਨੇ ਉਹਨਾਂ ਟਾਈਮ ਨਹੀਂ ਤਾਂ ਕਿ ਹਫ਼ਤੇ ਬਾਅਦ ਚ ਆਉਣੇ ਔਰ ਬਿੱਲ ਵੀ ਬਹੁਤ ਜ਼ਿਆਦਾ ਯਾਨੀ ਕਿ ਬਣਾਉਣੇ ਕਿਉਂਕਿ ਵੀਵੋ ਦੀ ਇੱਕ ਯਾਨੀ ਕਿ ਮਸਲਾ ਇਹ ਜੋ ਅਗਰ ਤੁਸੀਂ ਕੁਝ ਚੇਂਜ ਕਰੇ ਦੋ ਤਾਂ ਮੁਕੰਮਲ ਹੀ ਚੇਂਜ ਥੀ ਸੀ ਨਹੀਂ ਕਹਿਣ ਜੋ ਤੁਸੀਂ ਆਪਣੀ ਮਰਜ਼ੀ ਦੇ ਸਿਰਫ ਪੈਨਲ ਲਵਾ ਕੇ ਨਾ ਜਾਂ ਕੁਝ ਕਰਾ ਕੇ ਨਾ ਉਹਨੇ ਆ ਕੇ ਮੁਕੰਮਲ ਸਮਾਨ ਹੀ ਨਵਾਂ ਪਾਸੇ ਬੈਕ ਚੇਂਜ ਦੀ ਸੀ ਬੈਟਰੀ ਚੇਂਜ ਦੀ ਸੀ ਔਰ ਪੈਨਲ ਚੇਂਜ ਦੀ ਸੀ ਵਰਨਾ ਫਿਕਸ ਨਹੀਂ ਸੀ ਡੇਵਾ ਅਸਾਂ ਚਲੇ ਹੀ ਬੜੇ ਹਾਂ ਕੋਈ ਮੋਟਰਸਾਈਕਲ ਜਿੱਥੇ ਸਾਨੂੰ ਵੱਲ ਤਰੀ ਤੰਗੇ ਜੀ ਨਹੀਂ ਪਏ ਟ੍ਰੈਫਿਕ ਬੜੀ ਜ਼ਿਆਦਾ ਹੈ ਅਸਾਂ ਚੁੰਗੀ ਛੀਕ ਲੈ ਸੀ ਵਾਪਸ ਮਿਲੇ ਵੇ ਨੇ ਸ਼ਾਇਦ ਬਈ ਪਰੇਸ਼ਾਨ ਹੈ 27,500 ਦਾ ਬਿੱਲ ਬਣਾ ਦਿੱਤਾ ਨੇ ਪੂਰਾ 27 27 ਦੇ ਰਸਤਾ ਵੀ ਨਹੀਂ ਆ ਕੇ ਨੇ 27 ਦਾ ਹਫਤੇ ਦਾ ਟਾਈਮ ਮਿਲੀ ਤੇ ਹਫਤੇ ਬਾਅਦ ਚਾਹ ਬਸ ਆਏ ਵੀ ਹੈ ਅਸਾਂ ਹੁਣ ਵੇ ਨੇ ਵਾਪਸੀ ਦੋ ਰਸਤੇ ਦੇ ਆਇਆ ਕਰ ਗਈ
चमार का होना था आगे हैं शागढ़ असा एडो बबेल नाल बैठे ओ इफ्तिखार भाई नाल बैठे हैं इफ्तिखार भाई से यहां नवे नवे आज गाल ही करना बैठे पता नहीं जो के जा गाल ही करना बैठे साहब जी तो पता नहीं किथे रह गए जान दे कर पेंट जमी में ए वे ए नवे नवे गाल ही करना बैठे बड़ी रे देख बबेल सही भी है देख इतरा भी खबूर ते पेंद बिया सीटू ते पेंदो कई बलाओ जो जानदा है जानदा सन बंदे यार जी